ਲਓ ਜੀ ਬਾਬੇ ਤੁਰ ਪਏ 5 ਕਿਲੋਮੀਟਰ ਆ ਗਏ ਅੱਗੇ ਤੇ ਬਸ ਹੁਣ ਜਿੱਦਾਂ ਜਾਵਾਂਗੇ ਮਨ ਸੋ ਅੱਜ ਅਸੀਂ ਹੈਗੇ ਜੀ ਨਗਰਾਸੂ ਗੁਰਦੁਆਰਾ ਸਾਹਿਬ ਹੈ ਜੀ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਤੇ ਤੁਸੀਂ ਵਿਊ ਚੈੱਕ ਕਰੋ ਹਾਂ ਘੈਂਟ ਆ ਵਿਊ ਘੈਂਟ ਆ ਉਹਦੇ ਆਹ ਖੇਤੀ ਵੀ ਹੋ ਰਹੀ ਆ ਉਹ ਦੇਖ ਨਾ ਆਹ ਖੇਤੀ ਹੋ ਰਹੀ ਆ ਸਟੈਪ ਫਾਰਮਿੰਗ ਹੁੰਦੀ ਆ ਇਹ ਸਟੈਪ ਫਾਰਮਿੰਗ ਪੰਜਾਬੀ ਕਿਆ ਕਹਿੰਦੇ ਹੁੰਦੇ ਬੱਦਲ ਦੇਖੋ ਐਨ ਬੱਦਲ ਜਮਾ ਉਹ ਨੇ ਕੋਲ ਨੇ ਸਾਡੇ ਹੁਣ ਤਾਂ ਅਸੀਂ ਕਾਫੀ ਉੱਪਰ ਆ ਗਏ ਨਗਰਾਸੂ ਹੈ ਜੀ ਉਰੇ ਤੁਸੀਂ ਸਟੇਅ ਕਰ ਸਕਦੇ ਹੋ ਆਪਣਾ ਰਿਸ਼ੀਕੇਸ਼ ਤੋਂ ਬਾਅਦ 151 ਕਿਲੋਮੀਟਰ ਆ ਨਗਰਾਸੂ ਉਰੇ ਸਟੇਅ ਕਰੋ ਇਹ ਤੋਂ ਬਾਅਦ ਹੁਣ ਇੰਨਾ ਹੀ ਅੱਗੇ ਜਾਣਾ ਹੁਣ ਆਪਾਂ 200 ਜਾਣਾ ਹੈ ਨਾ 150 ਜਾਣਾ 150 ਮਤਲਬ ਜਾ ਕੇ ਫਿਰ ਦੁਬਾਰਾ 30 ਕਿਲੋਮੀਟਰ ਵਾਪਸੀ ਆਉਣਾ ਕਿਉਂਕਿ ਆਪਾਂ ਅੱਗੇ ਇੱਕ ਵਾਰ ਹੇਮਕੁੰਟ ਸਾਹਿਬ ਤੋਂ ਵੀ ਅੱਗੇ ਜਾਣਾ ਆਪਾਂ ਜਾਣਾ ਚਾਈਨਾ ਬਾਰਡਰ ਅੱਜ ਇਹਦੇ ਵਿੱਚ ਜਾਵਾਂਗੇ ਇਸੇ ਵਲੌਗ ਦੇ ਵਿੱਚ ਆਖਰੀ ਪਿੰਡਾਂ ਮਾਨਾ ਉੱਥੇ ਜਾਣਾ ਹੁਣ ਆਪਾਂ ਅੱਜ ਸੋ ਦੇਖਦੇ ਹਾਂ ਰਾਹ 'ਚ ਕੀ ਹੁੰਦਾ ਤੁਸੀਂ ਵਿਊ ਚੈੱਕ ਕਰੋ ਲਓ ਜੀ ਬਾਬੇ ਉਹ ਤਿਆਰੀ ਕਰਤੀ ਸ਼ੁਰੂ ਉੱਧਰ ਬੁਲਟ ਕੱਢ ਕੇ ਲੈ ਕੇ ਆ ਰਿਹਾ ਜਸਪ੍ਰੀਤ ਅਤੇ ਆਪਣਾ ਸਮਾਨ ਆ ਚੁੱਕਿਆ ਸਾਰਾ ਹੁਣ 3 ਬੁਲਟਾਂ ਦੇ ਉੱਤੇ ਐਡਜਸਟ ਕਰਨਾ ਸਾਰਾ ਓਏ ਜਿਹੜੇ ਤੇ ਹੁਣ ਕਹਿੰਦੇ ਮੁੰਡੇ ਨੇ ਲਾਲੀਆਂ ਕਾਲੀਆਂ ਐਣਕਾਂ ਬਾਜੀ ਨੇ ਦੇਖੋ ਜੀ ਨਵੀਂ ਬਰਸਾਤੀ ਕਹਿੰਦੇ ਬਟਨ ਵਾਲੀ ਦਵਾਈ ਆ ਸਾਰਿਆਂ ਨੇ ਸਿਵੇਂ ਦੀ ਸਸਤੀ ਲਈ ਆ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜਾ ਜਿਹੜਾ ਬਟਨ ਵਾਲੀ ਦਵਾਈ ਆ ਵੀਰੇ ਮਾੜੀ ਸਲਾਹ ਨਹੀਂ ਦਿੱਤੀ ਰਵੀ ਵੀਰ ਹੋਰ ਮਾੜੀ ਸਲਾਹ ਦਿੱਤੀ ਚੰਗੀ ਸਲਾਹ ਦਿੱਤੀ ਸਾਰੇ ਖੁਸ਼ ਹੋ ਗਏ ਤੇਰੀ ਬਰਸਾਤੀ ਦੇਖ ਕੇ ਮੇਲਾ ਲੁੱਟ ਲਿਆ ਤਾਂ ਅੱਜ ਦਾ ਨਾਲੇ ਪੌਣੀ ਕਰਨੀ ਸੌਖੀ ਆ ਜਿਹੜੀ ਮੇਨ ਗੱਲ ਆ ਪੌਣੀ ਕਰਨੀ ਸੌਖੀ ਬਹੁਤ ਆ ਆਪਾਂ ਨੂੰ ਪਤਾ ਨਹੀਂ ਤਾਂ ਅਸਲ 'ਚ ਨਾ ਘੁੰਮ ਫਿਰ ਕੇ ਪਤਾ ਲੱਗਦਾ ਮੈਂ ਕਿਹਾ ਪੌਣੀ ਕਰਨੀ ਵੀ ਸੌਖੀ ਆ ਤੇ ਲਓ ਬਾਈ ਜੀ ਹੁਣ ਚੱਲੇ ਹਾਂ ਜੀ ਅਸੀਂ ਅੱਗੇ ਨੂੰ ਹੁਣ ਅਸੀਂ ਚੱਲੇ ਹਾਂ ਮਾਨਾ ਪਿੰਡ ਜਿਹੜਾ ਲਾਸਟ ਪਿੰਡ ਹੈ ਤੇਰੇ ਕੋਲ ਵੀ ਹੈਗੀ ਹੈ ਲਓ ਜੀ ਦੋਸਤੋ ਆਪਾਂ ਗੁਰਦੁਆਰਾ ਸਾਹਿਬ ਤੋਂ ਹੁਣੇ ਚੱਲੇ ਹਾਂ ਸਿਰਫ 5 ਕਿਲੋਮੀਟਰ ਆਏ ਨਹੀਂ ਹੈਗੇ ਸੋ ਸਾਰੀਆਂ ਗੱਡੀਆਂ ਦੇ ਵਿੱਚ ਤੇਲ ਪੈਣ ਵਾਲਾ ਸੀ ਸਾਰੀਆਂ ਹੁਣ ਤੱਕ ਅਸੀਂ ਚੱਲ ਗਏ 450 ਕਿਲੋਮੀਟਰ ਤੋਂ ਵੱਧ ਚੱਲ ਗਏ ਠੀਕ ਹੈ ਜੀ ਹੁਣ ਤੱਕ
ਸਾਢੇ 400 ਕਿਲੋਮੀਟਰ ਚੱਲ ਪਈਆਂ ਸਾਰੀਆਂ ਗੱਡੀਆਂ, ਸੋ ਤੇਲ ਹਜੇ ਤਾਂ ਪਿਆ, ਰਿਜ਼ਰਵ ਹਜੇ ਲੱਗੇ ਹੀ ਨੇ ਸਭ ਦੇ, ਅਤੇ ਹੁਣ ਹੀ ਪਵਾਇਆ, ਹੁਣ ਪਤਾ ਅਪਲਾਈ ਜੂਸ ਬਰੋ। ਹਾਂ ਸਰਾ ਹੀ ਹੋ ਗਿਆ ਕੰਮ ਭਾਅ ਜੀ, ਇਹ ਆਪਣਾ ਕਨੈਕਟਰ ਭਾਅ ਜੀ, ਆਪਣਾ ਡਰਾਈਵਰ ਜਿਹੜਾ ਨਾਲ ਸੀ ਮੁੰਡਾ ਜਸਪ੍ਰੀਤ, ਹੁਣ ਪਰਲੇ ਬੰਨੇ ਚੱਲ ਗਿਆ, ਕਨੈਕਟਰ ਚੇਂਜ ਹੋ ਗਿਆ ਆਪਣਾ, ਕਨੈਕਟਰ ਹੀ ਵਧੀਆ ਕਰ ਰਿਹਾ, ਇੱਕ ਨੰਬਰ ਕਨੈਕਟਰ, ਕਨੈਕਟਰ ਵਧੀਆ ਹੋਣਾ ਚਾਹੀਦਾ ਤਾਂ ਡਰਾਈਵਰੀ ਹੁੰਦੀ ਆ ਉਰੇ। ਹਾਂਜੀ ਬਾਬੇ, ਉਹ ਪਿੱਛੇ ਰਸਤਾ ਖਰਾਬ ਸੀ, ਸੋ ਸਾਨੂੰ ਪਿੰਡ ਦੇ ਵਿੱਚ ਨੂੰ ਮੋੜਤਾ ਪੁਲਿਸ ਨੇ, ਵੀ ਇੱਧਰੋਂ ਲੰਘ ਜਾਓ ਕਿ ਤੁਹਾਡਾ ਰਸਤਾ ਚੜ ਜੂਗਾ ਉਸੇ ਰੋਡ 'ਤੇ, ਤੁਸੀਂ ਵਿਊ ਚੈੱਕ ਕਰੋ ਬਾਈ ਕਿੰਨਾ ਸੋਹਣਾ ਵਿਊ ਦਿਖਾਈ ਦਿਓ ਬਾਈ ਸਾਰੇ ਪਾਸੇ। ਬਹੁਤ ਵੱਡਾ ਜਾਮ ਸੀ, ਥੋੜ੍ਹਾ ਜਿਹਾ ਟੁੱਟਿਆ ਹੋਇਆ ਸੀ ਰੋਡ, ਪਿੰਡ ਦੇ ਵਿੱਚੋਂ ਸਾਰੀ ਟ੍ਰੈਫਿਕ ਕੱਢੀ ਉਹਨਾਂ ਨੇ, ਅਤੇ ਹੁਣ 90 ਕਿਲੋਮੀਟਰ ਤੋਂ ਬਾਹਰ 3:30 ਵੱਜ ਗਏ। ਇਹ 90 ਕਿਲੋਮੀਟਰ ਆਪਾਂ ਕਿੰਨੇ ਟਾਈਮ 'ਚ ਕੱਢਿਆ? 3:30 ਹੋ ਗਏ ਬਾਈ, ਬਹੁਤ ਟਾਈਮ ਲੱਗਿਆ, ਉੱਤਾਂ ਉਹ ਜਾਮ ਕਰਕੇ ਟਾਈਮ ਲੱਗਿਆ, ਨਹੀਂ ਤਾਂ ਰਸਤਾ ਬਹੁਤ ਸੋਹਣਾ। ਜਾਮ ਤਾਂ ਥੋੜ੍ਹਾ ਲੰਘ ਜਾਂਦਾ, ਸਪਲੈਂਡਰ ਲੰਘ ਜਾਂਦਾ, ਇਹ ਤਾਂ ਮਰੂਤੀ ਗੱਡੀ ਇੰਨਾ ਥਾਂ ਘੇਰਦੇ ਆ ਬੁਲਟ ਤਾਂ ਬਾਈ, ਠੀਕ ਨੀ ਗੱਲ। ਲਓ ਜੀ ਬਾਬਿਓ, ਆ ਬਾਈ ਦੇ ਖਾਧਾ, ਆਪਾਂ ਬਾਈ ਦਾ ਨਾ ਘਰ ਉਰੇ, ਬਾਈ ਏਦਾਂ ਦੁਕਾਨ ਪਾਈ ਪਾਉਂਦਾ, ਸੋ ਬਾਈ ਦਾ ਉਹ ਰਿਹਾ ਬਾਈ ਦਾ ਘਰ, ਔਰ ਉੱਥੇ ਬਾਈ ਦਾ ਘਰ ਆ, ਬਾਈ ਕਹਿੰਦਾ ਅਸੀਂ ਸਿਰਫ ਮਹੀਨਾ ਰਹਿ ਗਿਆ, ਕਹਿੰਦਾ ਬਸ ਹੁਣ ਮੇਰਾ ਕੰਮ ਦਾ, ਵੀ ਇਹ ਤੋਂ ਬਾਅਦ ਅਸੀਂ 6 ਮਹੀਨੇ ਬਹਿ ਕੇ ਖਾਣਾ, ਵੀ ਮੇਰੀ ਆਹੀ ਕਮਾਈ ਆ ਬਸ। ਬਾਈ ਨੇ ਗੈਂ ਰੱਖੀ ਵੀ ਆ, ਪਿੱਛੇ ਕੱਖ ਉੱਖ ਲਾਏ ਹੋਏ ਆ, ਜੀਰੀ ਲਾਈ ਵੀ ਆ, ਅਤੇ ਕਾਫੀ ਵਧੀਆ ਪ੍ਰੋਗਰਾਮ ਕਰਿਆ ਵਾ ਬਾਈ ਨੇ ਘਰ ਦਾ। ਚੌਲ ਲਾਏ ਹੋਏ ਨੇ, ਲਓ ਜੀ, ਤੇ ਹੁਣ ਚੱਲੀ ਅਸੀਂ, ਲੇਟ ਆ ਟਾਈਮ ਦੇ ਹਿਸਾਬ ਨਾਲ, ਹਜੇ ਸਾਡਾ 70 ਕਿਲੋਮੀਟਰ ਸਫ਼ਰ ਪਿਆ, 70 ਕਿਲੋਮੀਟਰ ਸਫ਼ਰ ਹੈ ਭਾਜੀ ਹੁਣ ਆਪਣਾ, ਥੋੜ੍ਹਾ ਖਿੱਚ ਕੇ ਬਾਈ ਹੁਣ ਇਕੱਠੇ ਰਹੋ, ਪਿੱਛੇ ਕੰਮ ਹੋ ਜਾਂਦਾ ਬੰਦਾ ਕੋਈ ਹੁੰਦਾ ਨੀ।
ਮੁੰਡੇ ਤੇਲ ਲਾਉਣ ਲੱਗਿਆ ਚੈਨ ਨੂੰ ਥੋੜੀ ਥੋੜੀ ਦੇਰ ਵੱਲ ਲਾਉਣੀ ਪੈਂਦੀ ਆ। ਥੱਬ ਮੋਟਰਸਾਈਕਲ ਦੱਬੋ, ਹਾਲੇ ਮੋਟਰਸਾਈਕਲ ਦੱਬੋ ਉਰੇ ਤੇ ਚੱਲ। ਉਹ ਪਿੱਛੇ ਟਾਇਰ ਨਾਲ ਟੱਚ ਹੋ ਜਾਵੇ ਨੇ ਪਹੁੰਚਣਾ। ਲਓ ਜੀ ਬਾਬੇ ਤੁਰ ਪਏ 5 ਕਿਲੋਮੀਟਰ ਆ ਗਏ ਅੱਗੇ ਤੇ ਬਸ ਹੁਣ ਸਿੱਧਾ ਜਾਵਾਂਗੇ ਮਾਨਾ, ਕਾਫੀ ਅੱਗੇ ਤੱਕ ਜਾਵਾਂਗੇ ਮਾਨਾ ਜਿਹੜਾ ਪਿੰਡ ਲਾਸਟ ਪਿੰਡ ਆਪਣਾ ਚਾਈਨਾ ਬਾਰਡਰ ਦੇ ਕੋਲੇ। ਸੋ ਤੁਹਾਨੂੰ ਉੱਥੇ ਦਿਖਾਉਂਦੇ ਹਾਂ, ਕੈਂਪਿੰਗ ਵੂਮਿੰਗ ਕਰਾਂਗੇ ਅੱਜ ਅਸੀਂ ਸ਼ਾਮ ਨੂੰ ਅਤੇ ਬਸ ਦੇਖੋ ਤੁਸੀਂ ਇਹ ਝਰਨੇ ਝੁਰਨੇ ਚੱਲੀ ਜਾਂਦੇ ਨੇ। ਸੋ ਬਹੁਤ ਵਧੀਆ ਐਨ ਮਾਹੌਲ ਆ, ਆਹ ਵੀ ਚੀਜ਼ ਜ਼ਰੂਰੀ ਆ ਐਡਵੈਂਚਰ। ਲਓ ਜੀ ਦੋਸਤੋ, ਰਾਹ ਦੇ ਵਿੱਚ ਥੋੜ੍ਹੇ ਜਿਹੇ ਕੱਲ੍ਹ ਪਰਸੋਂ ਮੀਂਹ ਪਿਆ ਸੀ, ਪੱਤਰ ਗਿਰੇ ਹੋਏ ਨੇ, ਇਸ ਟਾਈਮ ਇਸ ਕਰਕੇ ਜੇ ਸੀ ਵੀ ਚੱਕ ਰਹੀ ਆ। ਬੈਕਰ 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 ਬੈਕਰ। ਲਓ ਜੀ ਬਾਬਿਓ, ਜਾਂਦੇ ਜਾਂਦੇ ਰਾਹ 'ਚ ਇੱਕ ਹੋਰ ਝਰਨਾ ਮੇਰੇ ਵੀਰੇ ਜਿਹੜਾ ਦਿਖਿਆ, ਬਹੁਤ ਸੋਹਣਾ ਜਿਹਨੂੰ ਕਹਿੰਦੇ ਆ, ਬਹੁਤ ਜ਼ਿਆਦਾ ਸੋਹਣਾ ਝਰਨਾ ਅਤੇ ਦੇਖਿਆ ਆਨੰਦ ਕੰਮ ਹੋ ਗਿਆ ਜਮਾਂ। ਦੋ ਮੋਟਰਸਾਈਕਲ ਸਾਡੇ ਪਿੱਛੇ ਨੇ, ਅਸੀਂ ਤਿੰਨ ਇਕੱਠੇ ਸੀਗੇ। ਹੁਣ ਤਾਂ ਮੋਟਰਸਾਈਕਲ ਦੇਖੋ ਰੰਗ ਤੁਸੀਂ ਕਿਵੇਂ ਪੂਰਾ ਸਮੈਂਟ ਲੱਗ ਗਿਆ, ਹੁਣ ਤੱਕ ਮੈਂ ਪੂਰਾ ਖਿੱਚਿਆ ਹੋਇਆ ਹੈਗਾ। ਦੋ ਮੋਟਰਸਾਈਕਲ ਸਾਡੇ ਆ ਰਹੇ ਨੇ, ਦੋ ਸਪਲੈਂਡਰ ਅਤੇ ਇੱਕ ਬੁਲਟ। ਕੀ ਹਾਲ ਆ ਪੋਲਾ ਜੀ? ਇਹ ਉਰੇ ਦਾ ਸਭ ਤੋਂ ਬੈਸਟ ਵਾਟਰਫਾਲ, ਜਿਹੜਾ ਸਭ ਤੋਂ ਵਧੀਆ ਵਿਊ ਹੈ। ਹਾਂ, ਇਹੀ ਵਾਟਰਫਾਲ ਦਾ ਇਹ। ਓਕੇ ਓਕੇ, ਬਹੁਤ ਜਿਹੜਾ ਜੋਸ਼ੀਮਠ ਤੋਂ, ਉਦੋਂ ਜੋਸ਼ੀਮਠ 4 ਕਿਲੋਮੀਟਰ ਰਹਿ ਜਾਂਦਾ ਉਰੇ ਤੋਂ। ਠੀਕ ਹੈ, 4 ਕਿਲੋਮੀਟਰ ਜੋਸ਼ੀਮਠ ਰਹਿੰਦਾ, ਉਸ ਤੋਂ ਪਹਿਲਾਂ ਹੁੰਦਾ ਹੈ ਜਾਂਦਾ। ਅਤੇ ਬਾਕੀ ਆਹ ਦੇਖ ਲਾ ਯੂਕੇ ਨੰਬਰ ਦਾ ਬੁਲਟ ਉਹ, ਅਤੇ ਅੱਜ ਲੋਕ ਉਰੇ ਖੜੇ ਨਹੀਂ, ਨਹੀਂ ਤਾਂ ਉਰੇ ਖੜ ਕੇ ਮੈਗੀ ਸ਼ੈਗੀ ਬਹੁਤ ਬਣਾ ਕੇ ਉਰੇ ਅਸੀਂ ਮੈਗੀ ਖਾ ਲਈ ਨਹੀਂ, ਉਰੇ ਬਣਾ ਲੈਂਦੇ ਨਾ ਬਣਾਇਆ। ਫਿਰ ਤਾਂ ਕੱਲ ਮੰਗੂ ਆਪਾਂ ਨੂੰ, ਬਸ ਫਿਰ ਉਰੀ ਰਾਤਾਂ ਹੀ ਪੈ ਜਾਣੀਆਂ ਸੀ। ਆਪਣੇ ਕੋਲ ਗੈਸ ਦਾ ਪ੍ਰਬੰਧ ਨਹੀਂ ਕੋਈ ਨਹੀਂ, ਅਸੀਂ ਕਰਦੇ ਹਾਂ ਥੋੜ੍ਹਾ ਜਾ ਕੇ ਸ਼ਹਿਰ ਆਵੇ ਕੋਈ ਵਧੀਆ ਜਿਹਾ। ਅੱਛਾ, ਉੱਥੋਂ ਐਂ ਨਿਕਲ ਜਾਂਦਾ ਥੱਲੇ ਹੈ। ਲਓ ਜੀ, ਬਹੁਤ ਸੋਹਣਾ ਝਰਨਾ ਭਾਈ, ਬੰਦੇ ਨੇ ਜਾਣਕਾਰੀ ਵੀ ਦਿੱਤੀ ਹੈ ਅਤੇ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰੀ ਹੈ। ਦੇਖੋ ਲਓ ਜੀ ਬਾਬਿਓ, ਅਸੀਂ ਹੁਣ ਪੈਨ ਪਹਾੜਾਂ ਦੇ ਥੱਲੇ ਆ ਗਏ। ਤੁਸੀਂ ਵਿਊ ਚੈੱਕ ਕਰੋ, ਮੈਂ ਕੈਮਰਾ ਸਾਫ਼ ਕਰਾਂ, ਸਾਫ਼ ਹੈ ਕੈਮਰਾ, ਤੁਸੀਂ ਵਿਊ ਚੈੱਕ ਕਰੋ, ਵਿਊ ਚੈੱਕ ਕਰੋ। ਆਹ ਦੇਖੋ ਜੀ ਗੁਰਦੁਆਰਾ ਤਾਮ ਸਾਹਿਬ ਘਾਟ, ਗੁਰਦੁਆਰਾ ਗੋਬਿੰਦ ਘਾਟ। ਦੇਖੋ ਜੀ, ਗੁਰਦੁਆਰਾ ਗੋਬਿੰਦ ਘਾਟ ਆ ਗਏ ਜੀ। ਸਾਹਮਣੇ ਪਿੱਛੇ ਹੈਲੀਪੈਡ ਹੈ, ਹੈਲੀਕਾਪਟਰ ਦੇ ਵਿੱਚ ਬਹਿ ਕੇ ਜਿਹਨੇ ਮੱਥਾ ਟੇਕਣਾ ਮੱਥਾ ਟੇਕਣਾ। ਆਪਾਂ ਸਾਰੇ ਇੱਧਰ ਹੋ, ਆ ਬਾਈ ਜੀ ਨੇ ਫੋਟੋ ਕਰਾਈ। ਨਾਲੋ ਬਣਾ ਲਓ ਬਣਾ ਲਓ। ਹੋਰ ਕਿੱਥੋਂ ਜੀ ਆਪਾਂ? ਮੋਹਾਲੀ ਤੋਂ। ਜਮੇਰ ਤਾਂ ਆਪਣੇ ਕੋਲ ਦੇ ਹੀ ਨੇ। ਤੁਸੀਂ ਕਿੱਥੋਂ? ਸਰਾਂਤ ਤੋਂ, ਫਤਿਹਗੜ੍ਹ ਸਾਹਿਬ ਤੋਂ। ਹਾਂਜੀ ਹਾਂਜੀ, ਮੈਂ ਕਹੀ ਰਾਈਡਿੰਗ ਕੋਚ, ਇੱਕ ਮਿੰਟ ਮੋਬਾਈਲ ਦਿਓ। ਲਓ ਜੀ ਬਾਬਿਓ, ਹੋ ਠੰਡ ਲੱਗੀ ਬਰਸਾਤੀ ਹੈਗੀ ਆ, ਇਹ ਤਾਂ ਪਾਉਂਦਾ ਹੀ ਨੀ, ਤਾਂ ਸਟੀਲ ਮੇੜੇ ਆ। ਮੁੰਡਾ ਕਾਹਦਾ, ਇਹ ਤਾਂ ਮਾਂ ਦਾ ਛੱਕਰ ਭਰ ਹੈ। ਲਓ ਜੀ ਬਾਬਿਓ, ਮੈਂ ਰਵੀ ਵਾਲਾ ਬੁਲਟ ਚਲਾ ਰਿਹਾ। ਰਵੀ ਕਹਿੰਦਾ ਮੇਰੇ ਵਾਲਾ ਬੁਲਟ ਦਬੀ ਜਾਂਦਾ, ਉਰੇ ਫੜਾ। ਹੁਣ ਤਾਂ ਇਹਨਾਂ ਓਕੇ ਚੱਲ ਰਿਹਾ, ਥੋੜ੍ਹਾ ਜਿਹਾ ਫਿਲਟਰ ਫੁਲਟਰ ਸਾਫ਼ ਹੋਣੇ ਵਾਲੇ ਨੇ। ਸੋ ਹੁਣ ਆਪਾਂ ਕਾਫੀ ਅੱਗੇ ਆ ਚੁੱਕੇ ਹਾਂ, ਮਹਾਨਾ ਪਿੰਡ ਜਿਹੜਾ ਲਾਸਟ ਪਿੰਡ ਹੈ ਜੀ, ਉੱਥੇ ਜਾ ਰਹੇ ਹਾਂ। ਬਹੁਤ ਠੰਡਾ, ਸੀਰੀਅਸਲੀ ਇੰਨੀ ਕੁ ਠੰਡਾ, ਹੱਥ ਨੀਲੇ ਹੋ ਰਹੇ ਬਾਈ। ਇਹ ਬੰਦੇ ਮੈਨੂੰ ਕਹੀਗੇ ਠੰਡ ਨਹੀਂ ਹੁੰਦੀ, ਠੰਡ ਨਹੀਂ ਹੁੰਦੀ, ਨਾ ਦਸਤਾਨੇ ਨਾ ਕੁਛ ਲੈ ਕੇ ਆਏ ਆ। ਸੋ ਬਹੁਤ ਠੰਡਾ,
ਸਿਰਾ ਚਲੋ ਹੁਣ ਤੁਹਾਨੂੰ ਮਿਲਦੇ ਆ ਜੀ ਮਾਨੇ ਜਾ ਕੇ, ਠੀਕ ਹੈ ਜੀ। ਬਸ ਮਾਨਾ ਪਿੰਡ ਲਓ ਬਾਈ ਜੀ, ਫਾਈਨਲੀ ਫਾਈਨਲੀ ਅਸੀਂ ਮਾਨਾ ਪਿੰਡ ਪਹੁੰਚ ਗਏ। ਫਸਟ ਇੰਡੀਅਨ ਵਿਲੇਜ ਮਾਨਾ, ਭਾਰਤ ਕਾ ਪ੍ਰਿਸ਼ਮ ਕਿਆ ਪ੍ਰਥਮ ਗਾਂਵ ਮਾਨਾ ਮਾਨਾ ਹੀ ਵਾ। ਹੈਂ ਚਲੋ ਲਓ ਜੀ, ਮਾਨਾ ਪਿੰਡ ਦੇ ਵਿੱਚ ਹੁਣ ਅਸੀਂ ਆ ਟੈਂਟਾਂ ਦੇ ਵਿੱਚ ਪਵਾਂਗੇ। ਸੋ ਰੇਟ ਕਰ ਰਹੇ ਹਾਂ ਬਾਈ ਨਾਲ, ਕਿੰਨੇ ਬੰਦੇ ਪੈ ਜਾਣਗੇ ਦੇਖੀ ਦਾ ਵੀ। ਕਿੰਨੇ ਕਿੰਨੇ ਮੰਗਦਾ ਰੇਟ ਆਪਾਂ ਪੁੱਛਣੀ ਆ ਜੀ। ਆਪਾਂ ਇਹ ਟੈਂਟ ਦੇਖ ਲਿਆ, ਤਿੰਨੇ ਚੀਜ਼ਾਂ ਦੇਖੋ ਜੀ ਬੰਦਾ ਚਾਹੀਦੀ ਆ, ਖਾਣਾ ਵਧੀਆ ਤੇ ਹਗਣਾ ਵਧੀਆ, ਹਗਣਾ ਵੀ ਵਧੀਆ। ਚੱਲ ਦੇਖਦੇ ਆ, ਉਹ ਤਾਂ ਆਏ ਗਿਆ, ਠੰਡ ਮਰੂੰਗੇ ਭੈਣ ਚੋ, ਆ ਨਹੀਂ ਖੋਲਣਾ ਖੁੱਲਣਾ, ਠੰਡ ਬਹੁਤ ਆ ਵੀਰ, ਬਹੁਤ ਠੰਡ ਆ। ਸੀਰੀਅਸਲੀ ਇਹਨਾਂ ਨੂੰ ਤਾਂ ਲੱਗਦੀ ਲੁਗਦੀ ਨਹੀਂ, ਮੈਨੂੰ ਬਹੁਤ ਲੱਗ ਰਹੀ ਆ ਬਾਈ ਨੇ। ਉਹ ਲੋਕੇਸ਼ਨ ਵੀ ਬਾਹਰ ਬੈਠਣ ਬੁੱਠਣ ਨੂੰ ਬਾਈ, ਫਾਇਰ ਕੈਂਪ ਵੀ ਕਰਾ ਦੂੰਗਾ ਬ੍ਰੋ। ਲਓ ਜੀ ਲਓ, ਮੁੰਡੇ ਖੁਸ਼ੇ ਬੜਾ ਹੋਏ ਹੋਏ ਪਏ ਨੇ। ਸੋ ਲਓ ਜੀ, ਟੈਂਟਾਂ ਦੇ ਸੌਦੇ ਹਜੇ ਬਣ ਨਹੀਂ ਰਹੇ, ਹੁਣ ਅਸੀਂ ਅੱਗੇ ਆਏ ਹਾਂ ਦੇਖਣ। ਕਹਿੰਦੇ ਵੀ ਪੂਰਾ ਐਨ ਸੌਦਾ ਕਰਨਾ ਟਿਕ ਕੇ ਬਹਿ ਕੇ। ਹੈਂ ਕਿਹੜੇ ਹੋਰ ਕਿਹੜੇ ਆਪਣੇ? ਉਹ ਨਹੀਂ ਯਾਰ, ਠੰਡ ਲੱਗੂਗੀ ਯਾਰ, ਇਹ ਤਾਂ ਹੱਥ ਰੇ ਬਾਈ। ਸਪਲੈਂਡਰ ਗਰੁੱਪ ਇਹ ਬੰਦਾ ਬੜਾ ਡਾਂਸ ਕਰਦਾ, ਖੁਸ਼ ਹੋ ਗਿਆ ਬਾਈ। ਲਓ ਜੀ ਬਾਬਿਓ, ਆਪਾਂ ਆਟਾ ਲੈ ਲਿਆ, ਤੇ ਪਤਾ ਨਹੀਂ ਕਿਹੜੀ ਕੰਪਨੀ ਦਾ ਆਟਾ ਵਾ। ਪੁੰਨਾਗਿਰੀ ਉੱਤਰਾਖੰਡ ਦੀ ਕੰਪਨੀ ਆ ਬਾਈ ਇਹ, ਹੈ ਨਾ? ਹਾਂ ਉੱਤਰਾਖੰਡ ਦਾ। ਆ ਦੇਖੋ, ਹਾਂ ਹਾਂ, ਐਸਾ ਬ੍ਰਾਂਡਡ ਬੇਰੀ ਰੋਡ ਬਾਜਪੁਰ US ਨਗਰ ਉੱਤਰਾਖੰਡ, ਊਧਮ ਸਿੰਘ ਨਗਰ। ਹੁਣ ਕੀ ਬਣੂਗਾ? ਪਿਆਜ਼ ਸਾਹਿਬ ਬਾਂਦਰ ਦੁਕਾਨ ਬਾਈ, ਪਿਆਜ਼ ਸਬਜ਼ੀ ਵਾਲੀ ਦੁਕਾਨ ਹੋਰ ਹੈ ਨਹੀਂ, ਅਰੇ ਉਹ ਸਾਹਮਣੇ। ਲਓ ਜੀ ਬਾਈ, ਪਹੁੰਚ ਗਏ ਅਸੀਂ ਟੈਂਟ ਫਰੂਰੀ ਲੈ ਲਏ, ਆੜੇ ਉਰੇ ਵਾਲੇ ਜਿਹੜੇ ਆ ਸੀਗੇ ਚਿੱਟੇ ਜਿਹੇ ਥੱਲੇ ਵਾਲੇ, ਅਤੇ ਆਟਾ ਲੱਗਿਆ ਗੁੰਨਣ, ਅਤੇ ਰੋਟੀ ਰੋਟੀ ਬਣਾਉਂਦੇ ਹਾਂ ਬਸ, ਹੁਣ ਆਪੇ ਬਣਾਵਾਂਗੇ ਆਤਾ। ਹਾਂਜੀ ਬਾਬਾ ਜੀ, ਠੰਡ ਮੰਨ ਗਏ ਯਾਰ ਤੁਸੀਂ? ਯਾਰ ਮੈਨੂੰ ਠੰਡ ਲੱਗ ਗਈ, ਸੱਚੀ ਠੰਡ ਹੈ ਵੀ ਬਾਈ, ਬਹੁਤ ਠੰਡ ਹੈਗੀ, ਠੰਡ ਬਹੁਤ ਜ਼ਿਆਦਾ। ਇਹ ਤਾਂ ਖੋਟੀਆਂ ਘਰੇ ਭੁੱਲੇ ਤਾਂ ਨਹੀਂ ਪਾਈਆਂ। ਲਓ ਜੀ, ਤਿਆਰੀ ਚੱਲੀ ਜਾਂਦੀ ਆ, ਆਪਣਾ ਈਸ਼ਵਰ ਬਾਈ ਲੱਗ ਗਿਆ ਪਿਆ ਚੀਰਨ। ਮੈਂ ਹਰੇਕ ਕੰਮ ਕਰਦਾ, ਮੈਂ ਡਾਕਟਰ ਬਣ ਜਾਂਦਾ, ਇਹ ਕਮਾਂ ਦਾ ਰੂਪੇ ਆ, ਇਹ ਤਾਂ ਇਹ ਸਾਰਿਆਂ ਦੀ ਬੜੀ ਮਾਂ। ਆ ਲਓ, ਮੁੰਡੇ ਨੇ ਆਟਾ ਗੁੰਨਤਾ ਬਾਈ, ਮਾਂ ਆਟਾ ਘੱਟ ਨਾ ਜਾਵੇ, ਮੁੰਡੇ ਜ਼ਿਆਦਾ ਨੇ, ਆਟਾ ਇੱਕ ਵਾਰ ਹੋਰ ਗੁੰਨੋਗਾ ਪੁੱਤ, ਮਾਂ ਆਟਾ ਘੱਟ ਨਾ ਜਾਵੇ ਮੁੰਡੇ, ਉਹ ਮੜਾ ਪਾਣੀ ਮਾਰ ਰਿਹਾ ਤਵੇ ਨੂੰ, ਇਹ ਤਾਂ ਮਾਂ ਦਾ ਰੂਪ ਆ, ਪਰੌਂਠੇ ਖਾਉਂਗੇ ਮੁੰਡੇ, ਰੋਟੀ ਆਉਂਦੀ ਆ, ਦਵਾਈ ਲਾ ਕੇ ਆਇਆ ਹੋਇਆ ਬਾਈ, ਦੋ ਤਿੰਨ ਸਾਲ ਉੱਥੇ ਸਿੱਖ ਗਿਆ ਤਾਂ।
ਭੈਣ ਦਾ ਰੂਪ ਕਹਿ ਸਕਦੇ ਆ ਦੱਸੀ ਵੀਰ ਇਹ ਭੈਣ ਦਾ ਰੂਪ ਕਹਿ ਸਕਦੇ ਆ ਕਹਿ ਚਾਚੀ ਇਹ ਭੈਣ ਚੋ ਲੱਕੜ ਉਹ ਕਰ ਰਿਹਾ ਲੱਕੜਹਾਰਾ ਆਇਆ ਹੋਇਆ ਕਹਿੰਦਾ ਮੈਂ ਉਹ ਕਰਨੀ ਆ ਬੋਨ ਫਾਇਰ ਕਰਨੀ ਆ ਕੱਦੇ ਲਗੇ ਹੋਏ ਵੀਰ ਰੋਟੀਆਂ ਬਣਾ ਰਹੇ ਨਿੱਕੀ ਭੈਣ ਆਪਣੀ ਨਿੱਕੀ ਭੈਣ ਰੋਟੀਆਂ ਥੱਲ ਰਹੀ ਹੈ ਮਾਂ ਪਤਾ ਨੀ ਕਿੱਧਰ ਚਲੀ ਗਈ ਸਾਰੇ ਗੋਹਾ ਰਸੋਈ ਦਾ ਕੰਮ ਗੋਹਾ ਕੂੜਾ ਮੁੰਡਾ ਵਧੀਆ ਸਭ ਕੁਛ ਦੇ ਦਾਂਗੇ ਕੋਈ ਚੱਕਰ ਨੀ ਕੁੜੀ ਆਪਣੀ ਬਹੁਤ ਤਕੜੇ ਘਰ ਦੀ ਆ ਕੱਲੀ ਕੱਲੀ ਕੁੜੀ ਆ 10 ਕਿੱਲੇ ਜ਼ਮੀਨ ਆ ਕੋਈ ਭਾਈ ਕੋਈ ਕੁਛ ਨੀ ਜ਼ਮੀਨ ਵੀ ਆਉਂਗੀ ਜ਼ਮੀਨ ਪ੍ਰਾਹੁਣੇ ਦੇ ਨਾਮ ਲਵਾ ਦੇ ਲਓ ਜੀ ਆਹ ਸਾਰੇ ਉਧਰ ਬਾਈ ਬੋਨ ਫਾਇਰ ਦਿਖਾ ਗਿਆ ਬੋਲੇ ਬੋਲ ਬੋਨ ਫਾਇਰ ਵਾਲੇ ਦੋ ਸ਼ਬਦ ਅਭੀ ਤਾਂ ਲੱਕੜ ਕਿੱਥੋਂ ਇਕੱਠੀ ਕਰੀ ਹੈ ਲੱਕੜੇ ਨਿੱਕੀ ਕੁੜੀ ਚੱਕਣ ਗਈ ਸੀ ਬਣਾਈ ਚੱਲ ਬਣਦੀਆਂ ਨਾ ਲੋ ਵੀ ਇੱਧਰ ਹੋ ਰਹੀ ਜੀ ਬੋਨ ਫਾਇਰ ਬੋਲਦਾ ਤੂੰ ਜ਼ਿਆਦਾ ਰੋਟੀ ਇਹਦੇ ਲਈ ਜਿਹੜੀਆਂ ਲੱਕੜਾਂ ਨੇ ਉਹ ਸਾਡੇ ਜੱਸਾ ਬਾਈ ਜੀ ਵੱਲੋਂ ਅਰੇਂਜ ਹੋਈਆਂ ਪਤਾ ਨੀ ਕਿੱਥੋਂ ਚੱਕ ਕੇ ਲਿਆਏ ਆ ਜਿਹੜੀ ਲੱਕੜ ਸੀ ਉਹ ਥੋੜੀ ਜਿਹੀ ਗਿੱਲੀ ਸੀ ਇਸ ਕਰਕੇ ਦਿਖਾਓ ਹੌਲੀ ਹੌਲੀ ਬਲ ਰਹੀ ਅੱਗ ਤੇ ਰੋਟੀ ਖਾ ਕੇ ਆਪਾਂ ਬੋਨ ਫਾਇਰ ਤੇ ਸਾਰਿਆਂ ਨੇ ਬਹਿ ਜਾਣਾ ਤੇ ਅਰਪਣ ਵੀਰ ਨੇ ਗਾਣੇ ਸੁਣਾਉਣੇ ਅੱਜ ਟਿਊਨਾਂ ਤੇ ਉਸ ਤੋਂ ਬਾਅਦ ਆਪਾਂ ਸਵੇਰੇ ਜਾਣਾ ਵਾਸੂਧਾਰਾ ਵਾਟਰਫਾਲ ਦੇਖਣ ਉਹਦਾ ਟਰੈਕ ਹੈ ਜਿਹੜਾ 5 ਕਿਲੋਮੀਟਰ ਦਾ ਅਤੇ ਉਹ ਆਪਾਂ ਦੇਖਦੇ ਹਾਂ ਸਵੇਰੇ ਕਿੰਨੇ ਕੁ ਵਜੇ ਉੱਠੇ ਉਦੋਂ ਲੰਘ ਜਾਂਗੇ ਅਤੇ ਹੁਣ ਦਿਖਾਓ ਉੱਧਰ ਬਾਈ ਜੀ ਹੁਣੀ ਰੋਟੀ ਮਾਂ ਵੀ ਜ਼ਰੂਰੀ ਹੈ ਨਾਲ ਮਾਂ ਲਓ ਜੀ ਬਾਈ ਕੰਮ ਚੱਲ ਰਿਹਾ ਮੈਗੀ ਦਾ ਫੜ ਫੋਨ ਬੋਲ ਮਾੜਾ ਯਾਰ ਲਓ ਜੀ ਮੁੰਡੇ ਕਹਿੰਦੇ ਜੀ ਰੋਟੀ ਤਿਆਰ ਹੋ ਰਹੀ ਆ ਆਪਣੀ ਡਿਊਟੀ ਲੱਗੀ ਵੇ ਇੱਧਰ ਆ ਕੰਮ ਕਰ ਨਾ ਰਹੀ ਆ ਰੋਟੀ ਆ ਜੀ ਆ ਚੱਲ ਲੱਗਾ ਆਪਣੀ ਭੈਣ ਛੋਟੀ ਨਿੱਕੀ ਭੈਣ ਆ ਕਹਿੰਦੇ ਵੱਡੀ ਆ ਛੋਟੀ ਕਹਿੰਦੇ ਆ ਛੋਟੀ ਆ ਵੱਡੀ ਵੱਡੀ ਆ ਵਿਆਹ ਕਰਨਾ ਵੱਡੀ ਲਈ ਉਹ ਕਹਿੰਦੇ ਕੀ ਆ ਮਾਵਾ ਜਾਵਾ ਮਾਵਾ ਠੰਡੀਆਂ ਜਾਵਾ ਕਹਿੰਦੇ ਕੀ ਲਾਗੀ ਕਰਦਾ ਰੁੱਤਾਂ ਮੁੜ ਮੁੜ ਆ ਜਾਣਗੀਆਂ ਬੰਦੇ ਨੀ ਆਉਣੇ ਬਾਹਰ ਚਲੇ ਜਾਊਗਾ ਕੁਛ ਹੋ ਜੂਗਾ ਮਤਲਬ ਕੋਈ ਬਾਹਰ ਚਲੇ ਜਾਂਦਾ ਕਿਸੇ ਨੂੰ ਘਰ ਦਾ ਕੰਮ ਪੈ ਜਾਂਦਾ ਜਿਵੇਂ ਹੁੰਦੇ ਆ ਇਹ ਮਤਲਬ ਅਗਲੀ ਵਾਰ ਕਦੇ ਆਉਂਗੇ ਤਾਂ ਇਹ ਦੱਸ ਨਹੀਂ ਆਉਣਗੇ ਮਤਲਬ ਕਿ ਫਰਕ ਰਹਿੰਦਾ ਕੋਈ ਤਾਂ ਕੰਮ ਪੈ ਜਾਂਦਾ ਆਪਾਂ ਤਾਂ ਇੱਥੇ ਆ
ਕੁੜੀ ਕਾਹਦੀ ਮਾਂ ਦੀ ਸ਼ੱਕਰ ਪਾਰੀ ਆ ਸ਼ੱਕਰ ਆ ਪੋਲਾ ਬੋਲਣ ਲੱਗਾ ਸੀ ਕੁਝ ਬੋਲਿਆ ਨੀ ਕਹਿੰਦੇ ਭੋਲਾ ਹੈ ਭੋਲਾ ਕਹਿੰਦਾ ਭੋਲਾ ਜਿਹੜਾ ਭੋਲਾ ਸਵੀਟ ਨੀ ਉਹ ਭੋਲਾ ਹੈ ਜੋ ਰੋਟੀ ਦਾ ਠੇਕਾ ਲੈ ਲਿਆ ਆਏ ਹਾਏ ਪ੍ਰਚੰਡ ਰਾਤ ਦੀ ਤੇਰੇ ਤੇ ਮਰਦਾ ਤੇਰੇ ਤੇ ਮਰਦਾ ਤੇਰੇ ਤੇ ਮਰਦਾ ਤੈਨੂੰ ਦੇਖ ਦੇਖ ਕੇ ਆਰਡਰ ਗਿਆ ਦੋ ਨਦੀਆਂ ਇੱਕ ਸਰਸਵਤੀ ਇੱਕ ਇੱਕ ਪਤਾ ਨਹੀਂ ਸਾਰਾ ਆਲਮ ਕਹਿੰਦਾ ਮਹਿਮੂਦਪੁਰ ਸੋਟੀਆਂ ਜਿੱਦਣ ਮੈਂ ਪਿਆਜ ਚੀਰਨੇ ਹੋਏ ਤੈਨੂੰ ਤੂੰ ਕਹਿੰਦੇ ਨਵੀਆਂ ਰੋਟੀਆਂ ਸ਼ੁਰੂ ਹੋ ਗਈਆਂ ਨਹੀਂ ਨਹੀਂ ਪਰੌਂਠੇ ਪਰੌਂਠੇ ਪਕਾਵੇ ਪਕਾਵੇ ਬੜੇ ਹੀ ਪੱਕ ਰਹੇ ਉਹ ਪਾਣੀ ਲਾਲ ਮਿਰਚ ਪੈ ਰਹੀ ਹੈ
ਹਰੀ ਮਿਰਚ, ਲਾਲ ਮਿਰਚ, ਮਿਰਚ ਬੜੀ ਤੇਜ, ਸਾਡਾ ਭੋਲਾ ਭਾਲਾ ਭੈਣ ਬੜੀ ਤੇਜ, ਲਾਲ ਮਿਰਚ ਦੇਖ ਕੇ, ਉਹ ਲਾਲ ਮਿਰਚ ਦੇਖ ਕੇ ਸਵੇਰ ਯਾਦ ਆ ਗਈ ਜਿਹੜੀ ਅੱਗ ਨਿਕਲਣੀ ਆ, ਜੋਰ ਨੀ ਵੱਜਦਾ ਜੋਰੇ ਰਾਤ ਨੂੰ ਮਨਾਈਏ ਦਸ ਵਲੋਗ ਕਰਨੇ ਪੂਰੇ, ਚੌਥਾ ਵਲੋਗ ਬਣ ਰਿਹਾ ਹੈ ਨਾ, ਉਹ ਚੱਲਣਾ ਐਪੀਸੋਡ ਚੱਲਣੇ ਆ ਰੇਲੀ ਕਰ ਰਹੇ ਨੇ ਰਵੀ ਵੀਰ ਨੂਣ ਦਾ ਕੰਮ ਹੋ ਗਿਆ, ਚੈੱਕ ਹੋ ਰਿਹਾ ਨਾਲ ਲਓ ਜੀ ਕਹਿੰਦੇ ਰੋਟੀਆਂ ਤਿਆਰ ਨੇ, ਗੱਭਰੂਆਂ ਨੇ ਵਿੱਚ ਭੈਣਾਂ ਲੱਗੀਆਂ ਹੋਈਆਂ ਨੇ ਸਾਡੀ, ਛੋਟੀ ਬੜੀ ਆਹ ਦੇਖੋ ਪੂਰੋ ਤੇ ਜਿੰਦੋ ਪੂਰੋ ਛਿੰਦੋ ਆਹ ਕੌਣ ਆਹ ਕੌਣ ਅਦਰ ਮੈਗੀ ਬਣ ਰਹੀ, ਮੈਗੀ ਵਾਲਾ ਕੌਣ, ਮੈਗੀ ਵਾਲਾ ਆਪਣਾ ਮਾਂ ਮੰਮੀ ਅੱਗ ਕੱਢੀ ਪਈ ਆ, ਠੰਡ ਹੈਗੀ ਆ ਬਹੁਤ ਠੰਡ ਆ, ਤੈਨੂੰ ਕਿੱਥੇ ਲੱਗਣੀ ਆ ਭੈਣੇ, ਤੂੰ ਤਾਂ ਅੱਗੇ ਬਹੁਤ ਆ ਤੇਰੀ ਗਰਮ, ਤੂੰ ਕੰਮ ਲੱਗੇ ਠੰਡ ਬਹੁਤ ਆ ਬਾਬੇ ਬਹੁਤ ਠੰਡ ਆ, ਆਹ ਦੇਖੋ ਇਹ ਵੀ ਹੁਣ ਆਪਣੀ ਭਰਜਾਈ ਭਰਜਾਈ ਆ, ਤਾਂ ਦੇਖ ਬਾਬੇ ਆ ਕਿਵੇਂ ਪਿਆ ਸਾਧ, ਓ ਅੱਧਾ ਦੇਖ ਕੰਮ ਕਿਵੇਂ ਚੱਲ ਰਿਹਾ, ਬਦਲ ਪਾਸਾ ਬਦਲ ਚੱਲ ਉਹ ਕਰੋ ਹੁਣ ਬਾਈ, ਧੂਣੀ ਚੱਲ ਰਹੀ ਆ ਬਹੁਤ ਜ਼ਿਆਦਾ ਠੰਡ ਆ, ਸੋ ਲੱਗਿਆ ਹੋਇਆ ਸਾਰੇ ਠੀਕ ਹੈਗੀ ਆ, ਮਤਲਬ ਇੰਨੀ ਵੀ ਨੀ ਹੈਗੀ, ਉਹ ਬਹਿ ਜਾ ਚੱਲਿਆ ਜਾ ਵੀ ਕੋਈ ਨਾ, ਨਾ ਮੈਂ ਵੀ ਚੱਲਿਆ ਭੈਣ, ਕਿਉਂ ਤੂੰ ਕਰਨਾ ਪਈ ਹੈ, ਨੀਂਦ ਆ ਰਹੀ ਹੈ ਬਹੁਤ ਸਵੇਰੀ, ਫਿਰ ਇਹਨਾਂ ਨੇ ਸਾਜਰੇ ਥੱਕ ਲੈਣਾ ਕੰਮ, ਅੱਜ ਕਿੰਨੇ ਵਜੇ ਉੱਠੇ ਜੀ ਉਹਦੇ, 7 ਵਜੇ ਲਓ ਜੀ ਬਾਬੇ, ਸੋ ਤੁਹਾਨੂੰ ਟੈਂਟ ਦਿਖਾ ਦਿੰਦਾ ਅੰਦਰੋਂ, ਆਹ ਟੈਂਟ ਦਾ ਬਾਹਰੋਂ ਵਿਊ ਆ, ਆਹ ਟੈਂਟ ਦਾ ਬਾਹਰੋਂ ਵਿਊ ਆ ਜੀ, ਉਹ ਟੈਂਟ ਦਾ ਅੰਦਰੋਂ ਵਿਊ ਆ, ਦੇਖੋ ਸਾਡੇ ਬੰਦਿਆਂ ਦੇ ਬੈਗ ਬੂਗ ਖਲਾਰੇ ਪਾ ਤੇ, ਬਹੁਤ ਸੋਹਣਾ ਟੈਂਟ ਆ, ਸੋ ਇੰਨਾ ਕੁ ਆਪਣਾ ਵਲੌਗ ਸੀ ਅੱਜ ਦਾ, ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਬਾਬੇ, ਸ਼ੇਅਰ ਕਰੋ ਵੱਧ ਤੋਂ ਵੱਧ, ਹੁਣ ਇੰਨਾ ਮੈਂ ਤੁਹਾਡੇ ਲਈ ਮਿਹਨਤ ਟਰੈਵਲਿੰਗ ਵਲੌਗ ਬਣਾ ਰਿਹਾ,
ਸੋ ਸਾਰਿਆਂ ਨੇ ਸ਼ੇਅਰ ਕਰਿਓ ਵੱਧ ਤੋਂ ਵੱਧ। ਸੋ ਅਗਲਾ ਵਲੋਗ ਉਹਦੇ ਤੋਂ ਸ਼ੁਰੂ ਕਰਦੇ ਹਾਂ। ਥੈਂਕ ਯੂ ਜੀ।